ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਵੱਲੋਂ ਕੁਲਦੀਪ ਸਿੰਘ ਨਈਅਰ ਦੇ ਉਸ ਬਿਆਨ ਦਾ ਖੰਡਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਤੁਲਨਾ ਡੇਰਾ ਮੁਖੀ ਬਾਬਾ ਰਾਮ ਹਰੀਮ ਦੇ ਨਾਲ ਕੀਤੀ ਸੀ। SGPC ਪ੍ਰਧਾਨ ਪ੍ਰੋਫੈਸਰ ਵਡੂੰਗਰ ਵੱਲੋਂ ਕਿਹਾ ਗਿਆ ਕਿ ਜੋ ਸ਼ਬਦਾਵਲੀ ਕੁਲਦੀਪ ਨਈਅਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਡੇਰਾ ਮੁਖੀ ਲਈ ਇਸਤੇਮਾਲ ਕੀਤੀ ਗਈ ਹੈ ਉਹ ਠੀਕ ਨਹੀਂ ਹੈ, ਕਿਉਂਕਿ ਡੇਰਾ ਮੁਖੀ ਇੱਕ ਬਲਾਤਕਾਰੀ ਹੈ ਅਤੇ ਉਸਦੇ ਖਿਲਾਫ਼ ਬਹੁਤ ਸਾਰੇ ਖੁਲਾਸੇ ਵੀ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਉੱਤੇ ਉਹਨਾਂ ਨੇ ਸਾਫ਼ ਕਰਦੇ ਹੋਏ ਕਿਹਾ ਕਿ ਇਸ ਉੱਤੇ ਕੋਈ ਵੀ ਫੈਸਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਅਤੇ 5 ਸਿੰਘ ਸਾਹਿਬਾਨ ਹੀ ਲੈ ਸਕਦੇ ਹਨ। ਹਾਂ, ਦੇਖੋ ਪਹਿਲੀ ਗੱਲ ਇਹ ਆ, ਗੁਰੂ ਸਾਹਿਬ ਨੇ ਕਿਹਾ ਜਿਸ ਨੂੰ ਆਪ ਖੁਆਏ ਕਰਦਾ ਖੁਸ ਲੈ ਚਕਿਆਈ। ਕੁਲਦੀਪ ਨਈਅਰ ਜੀ ਬੜੇ ਵਿਦਵਾਨ ਨੇ, ਬੜੇ ਵੱਡੇ ਪੁਰਾਣੇ ਪੱਤਰਕਾਰ ਨੇ, ਗਵਰਨਰ ਰਹੇ ਨੇ, ਪਤਾ ਨਹੀਂ ਹੁਣ ਉਮਰ ਦਾ ਤਕਾਜ਼ਾ ਕੀ ਆ। ਸੰਸਾਰ 'ਚ ਕਿਸੇ ਇੱਕ ਮਨੁੱਖ ਦਾ ਦੂਜੇ ਮਨੁੱਖ ਨਾਲ ਪਹਿਲਾਂ ਮੁਕਾਬਲਾ ਹੀ ਨਹੀਂ ਕੀਤਾ ਜਾਂਦਾ। ਹਰ ਮਨੁੱਖ ਦੀ ਆਪਣੀ ਸੋਚ ਆ, ਆਪਣਾ ਜੀਵਨ ਆ, ਆਪਣਾ ਸਮਾਂ ਹੈ। ਔਰ ਫਿਰ ਖਾਸ ਕਰਕੇ ਜੋ ਰਾਮ ਰਹੀਮ 'ਤੇ ਬਹੁਤ ਵੱਡੇ ਵੱਡੇ ਐਸੇ ਦੋਸ਼ ਲੱਗ ਰਹੇ ਜਿਹਨਾਂ ਨੂੰ ਆਪਣੀ ਜ਼ਬਾਨ ਨਾਲ ਅਸੀਂ ਕਹਿ ਵੀ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ। ਅਜਿਹੇ ਜਿਹਨੂੰ ਕੋਰਟ ਨੇ ਕਿਹਾ ਤੂੰ ਜਾਨਵਰ ਕਿਹਾ ਕੋਰਟ ਨੇ, ਅਤੇ ਤੈਨੂੰ ਉਹਨੇ ਰੱਬ ਮੰਨਿਆ ਸੀ, ਬਟ ਯੂ ਬਿਹੇਵ ਲਾਈਕ ਏ ਬੀਸਟ। ਉਹਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾ ਮੁਕਾਬਲਾ ਕਰਨਾ, ਇਹ ਜਿੰਨੀ ਤੱਕ ਤਾਂ ਥੋੜ੍ਹੀ ਆ। ਔਰ ਜਦ ਤੱਕ ਉਹਨਾਂ ਦਾ ਸਨਮਾਨ ਵਾਪਸ ਲੈਣ ਦਾ ਹੈ, ਇਹ ਸਨਮਾਨ ਜਿਹੜੇ ਨੇ ਇਹ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਜਾਂਦੇ ਨੇ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਬੇਨਤੀ ਕਰਾਂਗੇ, ਇਹ ਫੈਸਲਾ ਉਹਨਾਂ ਨੇ ਕਰਨਾ ਹੁੰਦਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਰਾਜਪੂਤ ਦੇ ਨਾਲ ਬਿਊਰੋ ਰਿਪੋਰਟ, KTV।